ਜਿਹਦੀ ਲਾਈਫ 'ਚ ਬਹੁਤ ਹੀ ਜ਼ਿਆਦਾ ਸਟਰਗਲ ਆ, ਸਾਨੂੰ ਹੁਣ ਇਹਦੇ 'ਤੇ ਆਉਣ ਲੱਗ ਗਿਆ ਤਰਸ। ਤਾਰਾ ਬਾਬਾ ਜੀ ਆਏ ਪਏ ਆ, ਗੁੱਡ ਮੋਰਨਿੰਗ ਹੋ ਗਈ ਸਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਲਕਮ ਬੈਕ। ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ, ਠੰਡੀ 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 ਗੁੱਡ ਮੋਰਨਿੰਗ ਦੇ ਵਾਂਗੂ ਤੁਸੀਂ ਵੀ ਸਾਰੀ ਚੜ੍ਹਦੀ ਕਲਾ ਵਿੱਚ ਹੋਵੋਗੇ। ਗੁੱਡ ਮੋਰਨਿੰਗ ਹੋ ਗਈ, ਨਿਊ ਵਲੌਗ ਆ ਗਿਆ। ਸੁਬਹਾ ਤੁਹਾਨੂੰ ਪਤਾ ਹੀ ਆਪਾਂ ਠੰਡ ਦੇਖਣ ਆਈਦਾ ਬਾਹਰ, ਸੁਬਹਾ ਸੁਬਹਾ ਠੰਡ ਘੱਟ। ਅੱਜ ਉਦੋਂ ਨੂੰ ਜਵਾਕਾਂ ਦਾ ਟਾਈਮ ਹੋਣਾ ਨਾ ਸਕੂਲ ਜਾਂਦਾ, ਉਦੋਂ ਨੂੰ ਠੰਡ ਵੱਧ ਜਾਣੀ ਹੈ, ਮੈਨੂੰ ਐਂ ਲੱਗਦਾ ਹੁੰਦਾ। ਅੱਜ ਤਾਂ ਕੋਈ ਸੈਰ ਵੀ ਨਹੀਂ ਕਰਦਾ ਬਾਹਰ ਭਾਈ, ਰਾਤ ਕਹਿੰਦੇ 4 ਘੰਟੇ ਦੀ ਨੀਂਦ ਪੂਰੀ ਕੀਤੀ ਹੈ। ਸੁਬਹਾ ਨੂੰ ਆਪਣਾ ਉਹੀ ਟਾਈਮ ਫਿਰ ਉੱਠਣ ਦਾ ਹੋ ਗਿਆ ਸੀਗਾ, ਉੱਠ ਗਏ, ਅੱਗੇ ਹੁੰਦਾ ਸੀ ਸੁੱਤੇ ਰਹੋ ਸੁੱਤੇ ਰਹੋ, ਪਰ ਹੁਣ ਨਹੀਂ, ਹੁਣ ਜਾਗ ਆ ਜਾਂਦੀ ਹੈ। ਅੱਜ ਤਾਂ ਟਾਈਮ ਨਹੀਂ ਹੋਇਆ ਜਵਾਕਾਂ ਨੂੰ ਉਠਾਉਣ ਦਾ। ਕਰਨੀ ਕਰੀ ਦੀ ਹੁੰਦੀ, ਸੱਚੇ ਪਾਤਸ਼ਾਹ ਦੇ ਘਰ 'ਚ ਦੇਰ ਜ਼ਰੂਰ ਹੈ ਪਰ ਅੰਧੇਰ ਨਹੀਂ ਹੈਗੀ। ਜਿੱਥੇ ਇੱਕ ਰਸਤਾ ਬੰਦ ਹੋ ਜਾਵੇ ਉੱਥੇ ਹਜ਼ਾਰਾਂ ਉਹ ਖੋਲ ਦਿੰਦਾ। ਤੁਸੀਂ ਕਦੀ ਇਹ ਨਾ ਸੋਚੋ ਕਿ ਮੇਰਾ ਕੁਛ ਹੋਣਾ ਹੀ ਨਹੀਂ, ਮੈਂ ਹਾਰ ਚੁੱਕਾ, ਕਿਉਂਕਿ ਰੱਬ 'ਚ ਇੰਨੀ ਸ਼ਕਤੀ ਆ, ਉਹ ਹਾਰੀਆਂ ਹੀ ਜੰਗਾਂ ਵੀ ਜਿਤਾ ਦਿੰਦਾ। ਐਵੇਂ ਹਰ ਵਾਰ ਇਹੋ ਨਾ ਕਹੀ ਜਾਓ ਕਿ ਮੇਰੀ ਕਿਸਮਤ ਮਾੜੀ ਹੈ, ਉਹਨੇ ਤੁਹਾਨੂੰ ਕਦੋਂ ਬਾਦਸ਼ਾਹ ਬਣਾ ਦੇਣਾ ਕੁਝ ਨਹੀਂ ਪਤਾ। ਉਹ ਕੁਝ ਵੀ ਕਰ ਸਕਦਾ, ਜਦੋਂ ਉਹਦੀ ਕਿਰਪਾ ਹੋਈ ਤਾਂ ਹਰ ਪਾਸੇ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣੀਆਂ। ਵਿਸ਼ਵਾਸ ਆਪਣੇ ਮਾਲਕ 'ਤੇ ਹਮੇਸ਼ਾ ਰੱਖੀਦਾ, ਉਹਦੇ ਘਰ ਰੋਜ਼ ਚਮਤਕਾਰ ਹੁੰਦੇ ਆ, ਅਤੇ ਇੱਕ ਦਿਨ ਐਸਾ ਵੀ ਆਏਗਾ ਜਦੋਂ ਤੁਹਾਡੀ ਜ਼ਿੰਦਗੀ 'ਚ ਵੀ ਚਮਤਕਾਰ ਕਰਕੇ ਦਿਖਾਏਗਾ। ਲਓ ਜੀ ਕਹਿੰਦੇ ਚੰਨ ਚਾਨਣੀ ਹੋਣ ਲੱਗ ਪਈ, ਚੰਨ ਚਾਨਣੀ ਹੋਣ ਲੱਗ ਪਈ। ਕੈਮਰੇ ਦੀ ਲਾਈਟਾਂ ਹਜੇ ਵੀ ਚੱਲੀ ਜਾਂਦੀਆਂ ਭਾਈ, ਚਾਨਣ ਹੋ ਗਿਆ ਨਾ ਉਦੋਂ ਬੰਦ ਹੋਣਗੀਆਂ ਇਹ। ਕਿਆ ਬਾਤ ਆ, ਸੁਬਹਾ ਸੁਬਹਾ ਫਰੈਸ਼ ਹਵਾ, ਫਰੈਸ਼ ਮੋਰਨਿੰਗ, ਨਜ਼ਾਰਾ ਹੀ ਆ ਜਾਂਦਾ। ਸਭ ਸੁਨਸਾਨ ਹੋਈ ਪਈ ਹਜੇ, ਬਸ ਅੱਧਾ ਘੰਟਾ ਹੋਰ ਸਭ ਕੰਮਾਂ ਕਾਰਾਂ 'ਤੇ ਜਾਣਗੇ। ਫਿਰ ਲਾਈਕ ਕਰ ਦਿਉ, ਹੁਣ ਇੰਨੀ ਠੰਡੀ ਠੰਡੀ ਮੋਰਨਿੰਗ 'ਚ ਬੈਠੇ ਬੈਠੇ ਲਾਈਕ ਕਰ ਦਿਉ ਇੱਕ। ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ 'ਚ। ਠੀਕ ਠਾਕ ਹੋ ਸਾਰੇ? ਗਾਈਸ ਆ ਦੇਖੋ, ਪਾਪਾ ਹਜੇ ਤੱਕ ਉੱਠੇ ਨਹੀਂ। ਹਾਂ ਮੈਨੂੰ ਵੀ ਆਏ ਉਠਾਉਂਦੇ ਐਵੇਂ, ਪਤਾ ਕਿਵੇਂ ਐਵੇਂ ਉਠਾਉਂਦੇ ਸੀ। ਉੱਠ ਜਾ ਗੁੰਨੂ, ਸਕੂਲ ਦਾ ਟਾਈਮ ਹੋ ਗਿਆ। ਗੁੱਡ ਮਾਰਨਿੰਗ
ਮੰਮਾ ਦੇਖਦੇ ਆ ਕੀ ਬਣਾ ਰਹੇ ਨੇ ਆਪਣੇ ਵਾਸਤੇ। ਚਲੋ ਰਸੋਈ ਚ ਚੱਲੀਏ। ਮੰਮਾ ਵਟ ਆਰ ਯੂ ਡੂਇੰਗ? ਉੱਥੇ ਮਖਾਣੇ ਕਿਵੇਂ ਪਏ ਨੇ? ਹਾਂਜੀ ਖਾਣੇ ਆ। ਦੁੱਧ ਬਣ ਗਿਆ ਤੇਰਾ, ਇੱਧਰ ਮਖਾਣੇ ਬਣਾ ਦਾਂਗੇ। ਕੜਾਈ ਦੇਖੋ ਤਰੀ ਪਈ, ਕੜਾਈ ਤਰਾਂਗੇ ਤਾਂ ਬਣ ਕੇ। ਇਹਨੂੰ ਪਕਾ ਕੇ ਦੇਖੋ, ਜੇ ਤੁਸੀਂ ਮਖਾਣੇ ਪਕਾਉਣਾ ਤਾਂ ਇਹ ਉੱਚ ਪਹਿਲਾਂ ਘਿਓ ਪਾਓ, ਦੇਖੋ ਦੇਸੀ ਘਿਓ ਪਾਓ ਥੋੜਾ ਜਿਹਾ। ਕਿੰਨੇ ਚਮਚ ਪਾਉਣਾ ਦੇਸੀ ਘਿਓ? ਇੱਕ ਡੇਢ ਸਪੂਨ। ਇਹਦੇ ਵਿੱਚ ਤੁਸੀਂ ਪਾ ਲਓ ਦੇਸੀ ਘਿਓ। ਇੱਧਰ ਮੰਮਾ ਸਾਈਡਾਂ 'ਤੇ ਲਾਤਾ, ਹੁਣ ਆਪਾਂ ਮਖਾਣੇ ਵਿੱਚ ਪਾਵਾਂਗੇ। ਹੁਣ ਇਹ ਫਰਾਈ ਹੋ ਰਹੇ ਨੇ ਇਹਦੇ ਵਿੱਚ। ਅਵੇ ਮਖਾਣੇ ਕੀ ਆਪਣੇ ਫਰਾਈ ਹੋ ਜਾਣਗੇ। ਹੁਣ ਇਹਦੇ ਵਿੱਚ ਨਮਕ ਪਾਉਣਾ, ਸਾਲਟ ਸਵਾਦ ਅਨੁਸਾਰ। ਇਹਦੇ ਵਿੱਚ ਗ੍ਰੈਪ ਪੇਪਰ ਸਵਾਦ ਅਨੁਸਾਰ, ਬਲੈਕ ਪੇਪਰ ਸਵਾਦ ਅਨੁਸਾਰ, ਚਾਟ ਮਸਾਲਾ ਸਵਾਦ ਅਨੁਸਾਰ। ਹੁਣ ਆਪਾਂ ਸਪੂਨ ਨਾਲ ਇਹਨੂੰ ਕਰਾਂਗੇ ਮਿਕਸ। ਗਾਇਸ ਦੇਖੋ ਕਿਵੇਂ ਫਰਾਈ ਹੋ ਰਹੇ ਨੇ। ਵਾਈਟ ਨੂਨ ਸਵਾਦ ਅਨੁਸਾਰ। ਫਿਰ ਇਹਨੂੰ ਆਪਾਂ ਕਰਨਾ ਮਿਕਸ। ਫਿਰ ਆਪਾਂ ਤੁਹਾਨੂੰ ਟੇਸਟ ਕਰਾਵਾਂਗੇ, ਤੁਸੀਂ ਐਵੇਂ ਖਾਇਓ, ਬਹੁਤ ਸਵਾਦ ਆਉਂਦਾ ਖਾ ਕੇ ਮਖਾਣਿਆਂ ਦਾ। ਗੁੱਡ ਮਾਰਨਿੰਗ ਹੋ ਗਈ। ਗੁੱਡ ਮਾਰਨਿੰਗ ਮੁੰਡੇ ਸਾਡੇ ਦੀ, ਕਦੋਂ ਦੀ ਕੰਬਲਾਂ 'ਚ ਬਹਿ ਕੇ ਦੁਬਾਰਾ ਵੜ ਗਏ ਕੰਬਲ 'ਚ। ਆਹ ਦੇਖ ਲਓ ਗੁੰਨੂ ਦਾ ਲਿਖਣ ਦਾ ਸਟਾਈਲ, ਇਹ ਗੁੰਨੜੀ ਐਂ ਕੌਣ ਲਿਖਦਾ ਹੁੰਦਾ? ਥਕਾਵਟ ਹੁੰਦੀ ਹੈ ਗੁੰਨੂ ਨੂੰ, ਸੁਬਹਾ ਸੁਬਹਾ ਥਕਾਵਟ ਹੋ ਜਾਂਦੀ ਹੈ ਜੀ। ਸੁਣ ਲਓ ਸੁਬਹਾ ਸੁਬਹਾ ਕਪੈਸਿਟੀ ਨਹੀਂ ਹੁੰਦੀ ਗੁੰਨੂ 'ਚ, ਹੋਰ ਕੀ। ਇਸ ਕਾਰਨ ਕੀ ਦੇਖਦੇ ਹੋ? ਐਸੇ ਆਸ਼ੀਰਵਾਦ ਤੋਂ ਫਿਰ ਐਸੇ ਦਿਆ ਜਾਤਾ ਹੈ, ਹਾਲ ਨਹੀਂ ਖਰਾਬ ਕਰਨੇ, ਆਸ਼ੀਰਵਾਦ ਵੀ ਚਾਹੀਦਾ। ਇਹ ਹਾਲ ਆ ਇਸ ਬੰਦੇ ਦੇ। ਪਾਜਾ ਨਿਊ ਬੈਗ ਲੈ ਕੇ ਚੱਲੀਏ ਗੁੰਨੂ ਅੱਜ। ਨਿਊ ਆ ਨਿਊ, ਕਿੰਨਾ ਸੋਹਣਾ ਲੱਗਦਾ। ਹੁਣ ਵਾਲੇ ਤਾਂ ਹੋਰ ਹੀ ਕਰਤੇ ਤੁਸੀਂ। ਬਾਏ ਬਾਏ। ਬਾਏ ਕਮਲੀ।
ਗੁੰਨੂ ਗਿਆ ਸਕੂਲ ਤੇ ਸਾਬੂ ਹਜੇ ਸੁੱਤਾ ਹੀ ਪਿਆ। ਇਹ ਨਹੀਂ ਅੱਜ ਉੱਠਦਾ, ਅੱਜ ਛੁੱਟੀ ਆ ਵਿਚਾਰੇ ਨੂੰ। ਚੱਲ ਮੈਂ ਵੀ ਨਿਠਾਇਆ, ਮੈਂ ਕਿਹਾ ਚੱਲ ਸੌ ਲੈਂਦੇ ਫਿਰ ਉੱਠ ਕੇ ਪੜ੍ਹਾਉਂਦੇ ਹਾਂ। ਧੁੱਪੋ ਨਿਕਲੇ ਹੀ ਬਾਹਰ, ਸੂਰਜ ਦੇਵਤਾ ਜੀ ਆ ਗਏ ਆ ਤੇ ਆਪਾਂ ਲੱਗਦੇ ਹਾਂ ਦੇ ਕੰਮਾਂ ਸਾਰਾਂ ਤੇ। ਚਲੋ ਕੱਪੜੇ ਸੁੱਕਣੇ ਪਾਓ, ਸਭ ਤੋਂ ਪਹਿਲਾਂ ਆਪਣਾ ਇਹੀ ਕੰਮ, ਬਾਕੀ ਦੇ ਕੰਮ ਬਾਅਦ ਚੋ। ਚੱਲ 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 ਜਾ ਨਿਕਲ, ਭਾਜਾ 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 ਭਾਜਾ, ਬਾਏ ਗੁੰਨੂ, ਗੋਇੰਗ ਟੂ ਸਕੂਲ ਟੂ ਸਟੱਡੀ, ਬਾਏ ਬਾਏ ਬਾਏ। ਚਲੋ ਜੀ ਗੁੰਨੂ ਤਾਂ ਗਈ ਸਟੱਡੀ ਕਰ, ਸਾਢੇ ਤਿੰਨ ਮਿਲੂਗੀ ਆਪਾਂ ਨੂੰ ਹੁਣ। ਸੈਬੂ ਰਾਤ ਰੋਂਦਾ ਸੀ ਨਾ, ਕੱਲ੍ਹ ਦੇਖਿਆ ਹੋਣਾ ਤੁਸੀਂ ਬਲੌਗ 'ਚ, ਉਹਨੇ ਲੈਣੀ ਸੀ ਚੀਜ਼ੀ ਕੋਈ ਮੈਗਨੈਟ, ਮੰਗਦਾ ਸੀ ਚੁੰਬਕ ਅਤੇ ਰਾਤ ਉਹਨੂੰ ਕਿਹਾ ਸੀਗਾ ਮੋਰਨਿੰਗ ਦਵਾ ਦਾਂਗੇ ਅਤੇ ਹੁਣ ਲੈ ਕੇ ਚੱਲਦੇ ਹਾਂ, ਸੁੱਤਾ ਪਿਆ ਹਜੇ ਤਾਂ, ਉਹ ਸੁੱਤੇ ਸੁੱਤੇ ਪਏ ਉਹਨੂੰ ਦੇ ਦਾਂਗੇ ਫਿਰ ਆਪਾਂ ਖੁਸ਼ ਹੋ ਜੂਗਾ। ਚਲੋ ਜੀ ਚਲੋ 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 ਬਾਈ ਜੀ, ਠੰਡ 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 ਗਲੀ ਕਿਟੀ ਘੈਂਟ, ਗੋਲ 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 ਗੋਲ। ਗੁੱਡ ਮਾਰਨਿੰਗ ਸਾਹਿਬ, ਦੇਖ ਲਿਆ ਮੈਂ ਤੂੰ ਜਾਗਦਾ ਪਿਆ ਸੀ, ਮੈਂ ਬਾਹਰੋਂ ਕੱਪੜੇ ਸੁੱਕਣੇ ਪਾ ਕੇ ਅੰਦਰ ਆਇਆ ਤਾਂ ਸਾਹਿਬ ਜਾਗਦਾ ਪਿਆ ਸੀ, ਮੈਨੂੰ ਦੇਖ ਕੇ ਫਿਰ ਲੁੱਕ ਗਿਆ ਕੰਬਲ 'ਚ। ਆਵਾਜ਼ ਕਿਹਦੀ ਆਈ ਜਾਂਦੀ ਆ, ਸੁੱਤੇ ਕਾਕੇ ਦੀ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਅੱਜ ਲੇਟ ਹੋ ਗਿਆ, ਛੁੱਟੀ ਸੀਗੀ, ਛੁੱਟੀ ਸੀਗੀ, ਗੁੰਨੂ ਤਾਂ ਗਿਆ ਸਕੂਲ। ਅੱਗੇ ਤਾਂ ਨਹੀਂ ਇੰਨੀ ਲੇਟ ਉੱਠਦਾ ਹੁੰਦਾ ਤੂੰ, ਗੁੰਨੂ ਦੇ ਹੁੰਦੇ ਹੁੰਦੇ ਉੱਠ ਜਾਂਦਾ ਹੁੰਦਾ, ਅੱਜ ਤਾਂ ਜ਼ਿਆਦਾ ਹੀ ਲੇਟ ਉੱਠਿਆ, ਜ਼ਿਆਦਾ ਹੀ ਨੀਂਦ ਆ ਗਈ ਸਾਹਿਬ ਨੂੰ, ਹੈ ਨਾ। ਚਲੋ ਉੱਠ ਜਾਓ ਫਿਰ, ਬਰੱਸ਼ ਕਰਕੇ ਨਹਾਈਆਂ ਕਰੀਏ ਅਤੇ ਫਿਰ ਸੋਹਣੇ ਬਣ ਜਾਈਏ, ਹੈ ਨਾ। ਆਜੋ ਜਲਦੀ ਜਲਦੀ, ਸਾਹਿਬ ਦਾ ਸਮਾਨ ਆਪਾਂ ਲੈ ਲਿਆ, ਇੱਕ ਗੁੰਨੂ ਦਾ ਇੱਕ ਸੈਬੂ ਦਾ, ਦੋ ਦੋ ਚੀਜ਼ਾਂ ਲੈਣੀਆਂ ਪੈਂਦੀਆਂ ਫਿਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਹ ਤਾਂ ਦੋ ਡਿੱਗੀ ਪਏ ਸੈਬੂ ਦੇ, ਸੈਬੂ ਦੀ ਬੋਲਣਾ ਡਿੱਗ ਪਈਆਂ, ਹੋਏ ਨੁਕਸਾਨ ਹੋ ਗਿਆ ਆਪਣਾ ਤਾਂ, ਨੁਕਸਾਨ ਹੋ ਗਿਆ ਸਾਡੇ। ਓ ਹੋ, ਚਾਬੀ ਨਾਲ ਲੱਗੀਆਂ ਪਈਆਂ ਲਾ ਚੁਮਕਾਂ, ਮੈਂ ਕਿਤੇ ਡਿੱਗ ਪਈਆਂ, ਆਹ ਚੀਜ਼ਾਂ ਮੰਗਦਾ ਸੀਗਾ। ਦੇਖਦੇ ਹਾਂ ਜੇ ਉੱਠ ਗਿਆ ਤਾਂ ਦਵਾ ਦੇ ਦਾਂਗੇ, ਰੁੱਤਾ ਪਿਆ ਹੋਇਆ ਤਾਂ ਠਹਿਰ ਕੇ ਦੇ ਦਾਂਗੇ। ਉੱਠ ਗਿਆ, ਗੁੱਡ ਮਾਰਨਿੰਗ, ਇਹੀ ਤਾਂ ਮੰਨਦਾ ਸੀ ਰਾਤ ਇਹ। ਹਾਲ ਮੈਂ ਕਿਹਾ ਕਿਤੇ ਗੁੰਮ ਹੋ ਗਿਆ, ਚਾਬੀ ਨਾਲ ਲੱਗ ਗਿਆ ਲੈ, ਓਏ ਓਏ ਕਹਿੰਦਾ ਓਏ, ਇਹ ਕੀ ਹੈ, ਇਹ ਕੀ ਹੈ, ਇੱਕ ਗੁੰਨੂ ਦੀ ਇੱਕ ਤੇਰੀ,
ਸੱਚੀ ਦੀ ਹੁੰਦੀ ਇਹ ਲਾਪਤਾ ਰਾਤ ਇਹਦੇ ਪਿੱਛੇ ਰੋਂਦਾ ਸੀਗਾ ਚਾਬੀ ਨਾਲ ਚਿਪ ਗਏ ਸੀਗੇ ਮੈਂ ਉਹ ਤਾਂ ਚਾਬੀ ਕਾਹਤੋਂ ਫੜਾਈ ਜਾਂਦੇ ਮੈਂ ਕਿਹਾ ਕਿ ਨਵਾਂ ਛਾਲਾ ਲੈ ਕੇ ਆਇਆ ਉਹ ਵੀ ਚੁੰਬਕ ਉਹ ਵੀ ਖੋਲ ਕੇ ਦੇ ਬੱਚੇ ਇਹੀ ਮੰਗਦਾ ਸੀ ਨਾ ਹੈ ਇਹੀ ਮੰਗਦਾ ਸੀ ਨਾ ਚੁੱਪ ਗਿਆ ਚੁੱਪ ਕਰਾਂਦੇ ਆ ਸਟੀਲ ਨਾਲ ਚੁੱਪ ਕਰਾਂਗੇ ਉਹ ਕਿੰਨੀ ਤੇਜ਼ ਚੁੱਪਦੇ ਆ ਉਹ ਖੁੱਲੇ ਕਰਾ ਕੇ ਲੈ ਤੇ ਅੱਛਾ ਨਹੀਂ ਗੁਨੂ ਤਾਂ 4 ਵਜੇ ਮਿਲੂਗੀ 3:30 ਵਜੇ ਆਪਾਂ ਨੂੰ ਹੈਲੋ ਬਾਂਟੀ ਨਰਮੋਨੀਆ ਥੈਂਕ ਯੂ ਸਾਹਿਬ ਹੋਰ ਲੈਣੀ ਬਾਂਟੀ ਕਿਉਂ ਕਾਹਦੇ ਵਾਲੀ ਬਾਂਟੀ ਹੈ ਕੀ ਆਖਿਆ ਸੀ ਆਹ ਦੇ ਦੇ ਉਹ ਕਹੇ ਤਾਂ ਸਹੀ ਮੈਂ ਹੋਰ ਬਣਾ ਦੂੰਗੀ ਵੀ ਮੈਂ ਲੈਣੀ ਲੂਣ ਮਿਰਚ ਵਾਲੀ ਖਾਣੀ ਹੈ ਉਹ ਪਾਪਾ ਦੇ ਦਿਓ ਤੂੰ ਲੈ ਲਾ ਚੇਂਜ ਕਰ ਲਓ ਐਕਸਚੇਂਜ ਕਰ ਲਓ ਦੇਖ ਲਓ ਰਾਤ ਟੀਵੀ ਦੇਖਦੇ ਨੇ ਖਾਲੀ ਨਾ ਜਵਾਈਨਾਂ ਦੀ ਪਰੌਂਠੀ ਗਰਮ ਆ ਹਜੇ ਪਰੌਂਠੀ ਪਲੇਟ 'ਚ ਰੱਖ ਰਾਤ ਕਿਉਂ ਖਾਧੀ ਸੀ ਹੁਣ ਸਵਾਦ ਨਹੀਂ ਲੱਗਦੀ ਫਿਰ ਉਦੋਂ ਟੀਵੀ ਚੱਲਦਾ ਸੀ ਹੋਰ ਲਾਉਂਗੇ ਕਿਉਂ ਅੱਧੀ ਦੇਖ ਲਓ ਅੱਧੀ ਬਣਾ ਕੇ ਦੇਵਾਂ ਹੁਣ ਬਸ ਦੋ ਹੋ ਗਏ ਦੋ ਕਿੱਥੋਂ ਹੋ ਗਈਆਂ ਡੇਢ ਖਾਧੀ ਅਜੇ ਸਵਾਦ ਬਣੀ ਹੈ ਨਾ ਇਹਨਾਂ ਨੂੰ ਖਾਣਾ ਹੀ ਨਹੀਂ ਆਉਂਦਾ ਕੁਛ ਮੈਂ ਐਡੀ ਮਿਹਨਤ ਨਾਲ ਬਣਾਈ 4 ਵਾਰੀ ਉਹਨੂੰ ਵੇਲਿਆ ਵਿਚਾਰੀ ਨੂੰ ਚੱਜ ਦੀਆਂ ਚੀਜ਼ਾਂ ਹੋਰ ਕੀ ਰਾਤ ਕਿਵੇਂ ਖਾ ਲਈ ਉਹ ਤਾਂ ਦੱਸ ਸਾਨੂੰ ਦੱਸ ਦੋ ਖਾਧੀਆਂ ਅੱਜ ਤੂੰ ਖਾਂਦਾ ਨੀਗਾ ਬਸ ਉਹ ਟੀਵੀ ਦੇਖਦੇ ਪਤਾ ਹੀ ਨਹੀਂ ਲੱਗਿਆ ਵੀ ਕਾਹਦੇ ਵਾਲੀ ਖਾ ਲਈ ਵੀਡੀਓ ਵੀ ਆ ਸਾਡੇ ਕੋਲੇ ਪ੍ਰੂਫ ਵੀ ਆ ਅੱਜ ਵਾਲੇ ਵਲੌਗ 'ਚ ਕਮੈਂਟ ਕਰਕੇ ਦੱਸਿਓ ਸਾਰੇ ਜਾਣੇ ਵੀ ਸਾਹਿਬ ਨੇ ਰਾਤ ਕਾਹਦੀ ਪਰੌਂਠੀ ਖਾਧੀ ਸੀ ਸਭ ਨੂੰ ਪਤਾ ਗਾ ਦਿਖਾਵਾਂਗੇ ਤੈਨੂੰ ਰੋਟੀਆਂ ਖਾ ਲਈਆਂ ਆਪਾਂ ਕੀ ਕਰੀਏ ਇਹਨਾਂ ਧੁੱਪ ਸੇਕਦਾ ਥੋੜ੍ਹੀ ਜਿਹੀ ਪਰੇ ਨੂੰ ਕਰਕੇ ਲਾ ਮੰਜੀ ਇੱਧਰ ਜਮਾਂ ਨਾਲ ਲਾ ਲਈ ਗਮਲਿਆਂ ਦੇ ਬਹਿ ਕੇ ਮਜ਼ਾ ਆਉਂਦਾ ਪੜ੍ਹਨਾ ਕਦੋਂ ਪੜ੍ਹਨਾ ਕਦੋਂ ਪੇਪਰ ਦੀ ਤਿਆਰੀ ਨਹੀਂ ਕਰਨੀ ਮੈਂ ਉਹਨਾਂ ਮੋਰਲ ਸਾਇੰਸ ਦੀ ਬੁੱਕ ਕੱਢ ਕੇ ਰੱਖ ਆ ਗਿਆ ਮੈਂ ਆਏ ਰੱਖੀਆਂ ਸਜਾ ਕੇ ਕਿਤਾਬਾਂ ਹੈ ਮੁੰਡੀ ਇਹ ਮੁੰਡੀ
ਸੋਹਣੀ ਮੁੰਡੀ ਪੜ੍ਹੀਏ ਚੱਲ ਲਿਆ ਦੇ। ਮੈਂ ਕਿਹਾ ਸੀ ਕਿਤਾਬਾਂ ਕੱਢ ਕੇ ਲਿਆ ਤੇ ਟਕਾ ਕੇ ਬੈਠਾ ਪੂਰਾ ਐਂ ਚੀਜ਼ਾਂ ਨੂੰ ਸਾਂਭ ਸਾਂਭ ਰੱਖਦਾ ਇਹ ਮੁੰਡਾ ਸਾਡਾ ਕਰ ਕਦੇ ਕਦੇ ਹੈ ਨਾ। ਨਾਲੇ ਅਸੀਂ ਧੁੱਪ ਸਿੱਖਦੇ ਹਾਂ ਨਾਲੇ ਅਸੀਂ ਪੜ੍ਹਦੇ ਹਾਂ ਥੋੜ੍ਹਾ ਟਾਈਮ ਧੁੱਪੇ ਬਹਿ ਕੇ ਫਿਰ ਜਦੋਂ ਸਾਨੂੰ ਗਰਮੀ ਆਉਣ ਲੱਗੀ ਫਿਰ ਅਸੀਂ ਅੰਦਰ ਭੱਜ। ਲਓ ਜੀ ਚਿਪਕਾਤਾ ਸਾਹਿਬ ਨੇ ਮੰਜੇ ਤੇ ਮੈਗਨੇਟ। ਨਿੰਬੂ ਵਾਲਾ ਅੰਕਲ ਆ ਗਿਆ ਭਾਈ। ਸੂਰਜ ਦੇਵਤਾ ਜੀ ਬਹੁਤ ਤਿੱਖੀ ਧੁੱਪ ਦੇ ਰਹੇ ਅੱਜ। ਕੀ ਕਹਿੰਦੇ ਆ ਅੱਗ ਸਿੱਟ ਰਹੇ ਆ ਬੈਠਿਆ ਨਹੀਂ ਜਾ ਰਿਹਾ ਕੈ ਤੇਜ਼ ਧੁੱਪ ਆ। ਕਾਲੇ ਹੋ ਜਾਂਗੇ ਆਪਾਂ ਪਹਿਲਾਂ ਹੀ ਕਾਲੇ ਆ। ਰੋਜ਼ ਧੁੱਪ 'ਚ ਬਹਿ ਜਾਂਦੇ ਆ ਨਾ ਕਾਲੇ ਹੋ ਜਾਂਗੇ। ਜਦੋਂ ਸਾਈ ਨੂੰ ਉਦੋਂ ਤਾਂ ਚਲੀ ਜਾਂਦੀ ਉਦੋਂ ਨੂੰ ਤਾਂ ਧੁੱਪ ਉਦੋਂ ਨੂੰ ਕਦੋਂ ਹੁੰਦੀ ਆ 4 ਵਜੇ ਤੈਨੂੰ ਸੁਬਹ ਸੁਬਹ ਹੀ ਹੁੰਦੀ ਆ। ਲੈ ਥੋੜ੍ਹਾ ਜਿਹਾ ਉੱਧਰ ਨੂੰ ਕਰੀਏ ਮੰਜਾ ਉੱਥੇ ਕਰਦੇ ਹਾਂ ਉੱਥੇ ਥੋੜ੍ਹੀ ਜਿਹੀ ਧੁੱਪ ਛਾਂ। ਇੱਥੇ ਬਾਹਲੀ ਲੱਗਦੀ ਆ ਬੁੱਤ ਤੇਜ਼ ਧੁੱਪ ਲੱਗਦੀ ਆ ਬੈਠਿਆ ਨਹੀਂ ਜਾਂਦਾ। ਜਨਾਬ ਜੀ ਕਹਿੰਦੇ ਮੈਨੂੰ ਤਾਂ ਪੈਣ ਨੂੰ ਜਗ੍ਹਾ ਦਿਉ। ਮੰਜਾ ਸਾਡਾ ਇਹ ਟੁੱਟ ਗਿਆ ਦੂਜਾ ਮੰਜਾ ਉੱਧਰ ਖੜ੍ਹਾ ਅਤੇ ਅਸੀਂ ਮੰਜੀ 'ਤੇ ਬੈਠੇ ਹਾਂ। ਮੈਂ ਕਿਹਾ ਕੁਰਸੀ 'ਤੇ ਬਹਿ ਜਾਓ ਟੂਈ ਸਿੱਧੀ ਕਰਨੀ ਆ ਕਹਿੰਦੇ। ਅਤੇ ਸੈਬੂ ਸਾਡਾ ਲੈਣ ਗਿਆ ਹੈਗਾ ਹੁਣ ਉਹ ਗਿਆ ਮੇਰਾ ਮੁੰਡਾ ਗੱਦਾ ਲੈਣ ਗਿਆ। ਬਹੁਤ ਕੰਮ ਕਰਦਾ ਇਹ। ਇਹਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜ੍ਹੀ ਆ। ਬਸ ਇਹਨੂੰ ਰੋਟੀ ਖਾਣ ਵੇਲੇ ਪਤਾ ਨਹੀਂ ਕੀ ਹੋਣ ਲੱਗ ਗਿਆ। ਛੋਟਾ ਹੁੰਦਾ ਇਹ ਸਾਰਾ ਕੁਝ ਖਾ ਲੈਂਦਾ ਸੀ। ਵੈਰੀ ਗੁੱਡ ਬੁਆਏ। ਚੱਪਲ ਕਿਹਦੀ ਪਾਈ ਹੈ ਸਾਹਿਬ ਨੇ? ਚੱਪਲ ਇੱਥੇ ਡਾ ਦੇ ਖਾਲੀ ਜਗ੍ਹਾ ਤੇ। ਚੱਲ ਧੱਕ ਦੇ ਉੱਚਾ ਕਰ ਦੇ। ਹਾਂ ਚੱਲ ਮੋਟੇ ਬਸ ਥੈਂਕ ਯੂ। ਚੱਲ ਆ ਜਾਓ ਤੁਹਾਡੇ ਮੁੰਡੇ ਨੇ ਤੁਹਾਡੇ ਵਾਸਤੇ ਬੈੱਡ ਲਾ ਤਾ। ਚੱਲ ਪੈ ਜਾ ਪੈਣਾ ਨਹੀਂ ਆਪਾਂ ਪੜ੍ਹਨਾ ਪਾਪਾ ਨੇ ਪੈਣਾ। ਬਲਦ ਇਹ ਦੇਖ ਲਓ ਪੈਣ ਦਾ ਤਰੀਕਾ ਉਹ ਪੜ੍ਹਨ ਦਾ ਤਰੀਕਾ ਸੋਰੀ। ਗੱਲਾਂ ਮਾਰਨ ਨੂੰ ਪਾਪਾ ਨੇ ਜਾਣਾ ਕਿਤੇ? ਪਹਿਲਾਂ ਪੇਪਰ ਦੀ ਤਿਆਰੀ ਕਰ ਲਾ ਫਿਰ ਗੱਲਾਂ ਮਾਰ ਲਈ। ਆਇਆ ਸੀ ਪਾਪਾ ਨਾਲ ਗੱਲਾਂ ਮਾਰ ਮਾਰਲਾ ਮਾਰਲਾ ਗੱਲਾਂ ਡਾਲਦੀਆਂ ਮੈਂ ਪੜ੍ਹ ਮੈਂ ਲੈਂਦੀ ਹਾਂ। ਕੀ ਗੱਲਾਂ ਮਾਰਨੀਆਂ ਪਾਪਾ ਨਾਲ ਮੈਨੂੰ ਵੀ ਦੱਸ ਦੇ। ਕਾਸ਼ ਮੰਮਾ ਨੇ ਮੇਰਾ ਕੰਮ ਡਾਲਿਆ ਸੀਗਾ ਮੈਂ ਕਰ ਲਿਆ। ਮੰਮਾ ਚੈੱਕ ਕਰਨ ਲੱਗਿਆ ਸਾਡ ਉੱਥੇ ਇਕੱਲੇ ਧੁੱਪ ਸਿੱਖ ਜਾਂਦਾ। ਪਾਪਾ ਵੀ ਸੀਗੇ ਪਾਪਾ ਅੰਦਰ ਚਲੇ ਗਏ ਧੁੱਪ ਲੱਗਣ ਲੱਗੀ ਸੀਗੀ। ਆਹ ਦੇਖੋ ਮੇਰੇ ਇੱਥੇ ਕੁੰਚੇ ਪਏ ਸੀਗੇ ਨਾ ਮੈਗਨੇਟ ਸਟੀਲ ਦੇ ਬਣੇ ਹੁੰਦੇ ਆ। ਮੈਂ ਹੁਣ ਸਿੱਧੀ ਲਾਈਨ 'ਚ ਸੁੱਟਿਆ ਆ ਚੁੱਕ ਜਾਣਗੇ ਦੋਨੋਂ। ਹੁਣ ਮੈਂ ਸਿੱਧੀ ਲਾਈਨ 'ਚ ਸੁੱਟੂੰਗਾ ਮੈਂ ਇਹਨੂੰ ਉੱਤੇ ਰੱਖਤਾ ਹੁਣ ਮੈਂ ਸਟੀਲ ਲਾਈਨ 'ਚ ਸੁੱਟੂੰਗਾ ਉਹਨੂੰ ਉਹ ਚੁੱਪ ਗਿਆ। ਹੁਣ ਆਪਾਂ ਆ ਗਏ ਸੀਗੇ ਸਕੂਲੋਂ ਘਰੇ। ਹੁਣ ਆਪਾਂ ਗੱਡੀ ਟਿਫਨ ਬੈਗ ਦੇ ਵਿੱਚੋਂ ਦਾਲ ਵਾਲਾ ਦਾਲ ਦੇ ਰੋਟੀ ਇਹਨੂੰ ਖਾਣੀ ਲੈ ਕੇ ਇਹਨੂੰ ਚੱਕ ਕੇ ਰੱਖਦੇ ਹਾਂ ਆਪਾਂ ਰਸੋਈ ਘਰ ਦੇ ਵਿੱਚ ਰੱਖਤਾ ਗਈ ਦਾਦੀ ਅਤੇ ਮੰਮਾ
ਲੜਾਈ ਚੱਲ ਰਹੀ ਹੈ, ਲੜਾਈ 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 ਕਹਿੰਦੇ ਸਾਨੂੰ ਚੱਕੋ, ਮੰਮੀ ਨੂੰ ਚੱਕਿਆ, ਮੰਮਾ ਨੂੰ ਘਰੋਂ ਚੱਕਿਆ, ਤੁਹਾਡੇ ਕੋਲ ਕੋਈ ਪ੍ਰੂਫ? ਚੱਲ ਗੁੰਨੂ ਭਾਰੀ ਆ, ਪਾਪਾ ਦੀ ਢੂਈ ਦੁਖਦੀ ਆ, ਗੁੰਨੂ ਕਮਰੇ ਦਾ ਧੋਆ, ਮੈਂ ਉਹਨੂੰ ਚੱਕਿਆ ਹੀ ਨੀ, ਹਾਂ ਭਾਰੀ ਆ, ਮੋਟੀ ਆ, ਹੈਲਦੀ ਢੂਈ ਪਾਪਾ ਦੀ, ਗੁੰਨੂ ਸਿਆਣੀ ਬਣਿਆ ਘਰ, ਹਾਏ 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 ਗੀਗੀ ਹਲਗੀ। ਲਓ ਜੀ ਆਪਣੀ ਮੈਗੀ ਹੋ ਗਈ ਰੈਡੀ, ਗੁੰਨੂ ਮੈਡਮ ਗਈ ਟਿਊਸ਼ਨ, ਖਾ ਕੇ ਆਪਦੀ ਮੈਗੀ, ਗੁੰਨੂ ਦੀ ਮੈਗੀ ਦੀ ਵੀਡੀਓ ਬਣਾਈ ਸੀ, ਨਹੀਂ ਗਏ ਗੁੰਨੂ ਤੇ ਸੈਬੂ ਦੋਨੋਂ ਜਾਣੇ ਖਾ ਕੇ ਭੱਜ ਗਏ, ਅਸੀਂ ਅੱਜ ਲੇਟ ਹੋ ਗਏ, ਸੈਬੂ ਪਾਰਕ ਭੱਜ ਗਿਆ, ਗੁੰਨੂ ਟਿਊਸ਼ਨ ਭੱਜ ਗਈ, ਅਸੀਂ ਹੁਣ ਹਸਬੈਂਡ ਵਾਈਫ ਬਹਿ ਕੇ ਖਾਣੇ ਪੀਂਦੇ ਹਾਂ ਮੈਗੀ ਤੇ ਨਾਲ ਪੀਵਾਂਗੇ ਦੁੱਧ। ਗਾਇਸ ਮੈਂ ਪਾਰਕੋਂ ਆ ਗਿਆ, ਹੁਣ ਆਪਾਂ ਚੱਲੇ ਹਾਂ ਮੰਦਿਰ, ਮੰਦਿਰ ਤੋਂ ਬਾਅਦ ਬਾਲੀ ਅੰਕਲ ਇੱਥੇ ਕੰਮ ਕਰੀ ਜਾਂਦੇ, ਬਾਹਰ ਕੰਮ ਕਰੀ ਜਾਂਦੇ ਆ, ਸਾਫ ਕਰਕੇ ਆਏ ਫਿਰ ਗੰਦੇ ਹੋ ਜਾਣਗੇ, ਨਹੀਂ ਉਹ ਗਿੱਲਾ ਸਾਈਡ ਸਾਈਡ ਤੇ ਪਾਣੀ ਲਾਇਆ ਅੰਕਲ ਨੇ, ਕਿੱਥੇ ਆ ਮਾਲੀ ਅੰਕਲ? ਕੱਲ ਸੈਬੂ ਕਹਿੰਦਾ ਨਿੰਬੂ ਲੱਗ ਗਏ ਦੋ, ਕਿੱਥੇ ਲੱਗੇ? ਗਿੱਲੇ ਚ ਨਾ ਪੈਰ ਮਾਰ ਲਈ, ਐਫਰਟ ਦਿਖਾ, ਹੱਥ ਸਾਈਡ ਰੱਖਿਆ, ਗਾਇਸ ਆ ਲੱਗੇ ਨਿੰਬੂ, ਕਿੱਥੇ ਕਿੱਥੇ ਹੈ? ਅੱਛਾ ਇੱਕ ਆ ਸੀ, ਇੱਕ ਆ ਸੀ, ਤਾਂ ਫੁੱਲ ਬਣ ਗਏ, ਹਜੇ ਨਿੰਬੂ ਲੱਗਣਗੇ, ਸੈਬੂ ਨੂੰ ਦਿਖੇ ਸਭ ਤੋਂ ਪਹਿਲਾਂ, ਆ ਜਾ ਦਾਦੀ, ਸਭ ਤੋਂ ਪਹਿਲਾਂ ਦਾਦੀ ਨੂੰ ਦਿਖੇ, ਉਸ ਤੋਂ ਬਾਅਦ ਮੈਨੂੰ ਦਿਖੇ, ਅੱਛਾ ਚਲ ਚਲੀਏ ਦਾਦੀ ਨੂੰ, ਬਾਬਾ ਜੀ ਨੂੰ ਚੈੱਕ ਕਰਨਾ, ਪਾਪਾ ਜੀ ਆ ਜਾਓ, ਰੈਡੀ ਹੋ ਗਏ, ਦੇਖੋ ਪਾਪਾ ਦਾ ਹੇਅਰ ਸਟਾਈਲ ਹੀ ਨਹੀਂ ਖਤਮ ਹੁੰਦਾ, ਰੋਲ ਦਾ ਰੋਲ ਦਾ ਹੇਅਰ ਸਟਾਈਲ ਹੀ ਨਹੀਂ, ਕਿੱਧਰ ਅੱਜ ਆਏ, ਕਿਵੇਂ ਆਊਗਾ ਜਮਾ ਕੋਲੇ ਫੋਨ ਲੈ ਜਾਂਦਾ, ਆ ਚਲੀਏ ਡੇਡੇ, ਆ ਜਾ ਭੱਜ, ਇਹਨੂੰ ਚੱਕਿਓ, ਚੱਕ ਲਓ ਚੱਕ ਲਓ ਚੱਕ ਲਓ ਚੱਕ ਲਓ, ਚੱਕ ਲਈ ਕੁਰਸੀ, ਆ ਚਲੀਏ, ਆ ਚਲੀਏ, ਕੁਰਸੀ ਦੇ ਦੇ, ਮੱਥਾ ਟੇਕ ਕੇ ਆਈਏ, ਕੁਰਸੀ ਦੇ ਦੇ, ਕੁਰਸੀ ਕੁਰਸੀ ਦੇ ਦੇ, ਆ ਚਲੀਏ ਮੱਥਾ ਟੇਕ ਕੇ ਆਈਏ, ਓ ਟੇਕ ਕੇ ਆਉਣਾ, ਆ ਚਲੀਏ ਬਾਏ, ਨਿੰਬੂ ਚੱਕ ਲੈ ਗਿਆ, ਕੈਬ ਕਾਹਤੋਂ ਲਾਤੀ, ਲੈ ਕੇ ਰੱਖ ਲਾ, ਪਹਿਲਾਂ ਸਿੱਧਾ ਆਈ ਜਾਂਦਾ ਸੀਗਾ, ਉੱਧਰ ਉੱਧਰ ਦੇਖਦਾ, ਫਿਰ ਉਹਨਾਂ ਨੇ ਬੁਲਾ ਲਿਆ, ਫਿਰ ਗਿਆ, ਇਹ ਸਾਡਾ ਸ਼ਰਮਾਕਲ ਮੁੰਡਾ, ਤੇ ਤੂੰ ਪਹਿਲਾਂ ਨਹੀਂ ਗਿਆ, ਆਪੇ ਨਹੀਂ ਗਿਆ ਪ੍ਰਸ਼ਾਦ ਲੈਣ, ਪ੍ਰਸ਼ਾਦ ਲੈਣ ਆਪੇ ਨਹੀਂ ਗਿਆ, ਉਹਨਾਂ ਨੇ ਤੈਨੂੰ ਆਵਾਜ਼ ਮਾਰੀ ਸੀ,
ਮੱਥਾ ਟੇਕ ਕੇ ਦਿੰਦੇ ਆ? ਤੂੰ ਤਾਂ ਇੱਧਰ ਦੇਖਦਾ ਹੁੰਦਾ ਸੀਗਾ, ਕੀ ਕਰਨ ਲੱਗ ਗਏ? ਕੌਣ ਕਰਦਾ? ਯਹਾਂ ਪਰ ਹਰ ਤਰ੍ਹਾਂ ਕੀ ਬਿਮਾਰੀਆਂ ਕਾ ਇਲਾਜ ਕੀਤਾ ਜਾਤਾ ਹੈ, ਕਹਾਂ ਪੇ ਰਹਤੇ ਇੱਕ ਓਪਰੇਸ਼ਨ ਚੈਰੀਟੇਬਲ ਕੈਂਪ। 21 ਤੋਂ ਸ਼ੁਰੂ ਆ, 21 ਤੋਂ 27 ਤੱਕ ਆ। ਲਓ ਜੀ ਪਹੁੰਚਿਓ ਬਠਿੰਡੇ ਵਾਲਿਓ, ਆਪਣੇ ਇੱਥੇ ਕੈਂਪ ਲੱਗਣ ਜਾ ਰਿਹਾ 21 ਤੋਂ ਲੈ ਕੇ 27 ਤੱਕ, 27 ਦਸੰਬਰ ਤੱਕ। ਸਾਦਾ ਲੈ ਲੈ, ਕਿੰਨਾ ਸਟਰਗਲ ਆ ਸਾਡੀ ਕੁੜੀ ਦੀ ਲਾਈਫ ਚ ਹੁਣੇ, ਹਜੇ ਵਿਚਾਰੀ 9 ਸਾਲਾਂ ਦੀ ਪਹਿਲਾਂ ਸਕੂਲੋਂ ਆਉਂਦੀ ਆ, ਸਕੂਲੋਂ ਆ ਕੇ ਜਲਦੀ ਜਲਦੀ ਦੁੱਧ ਪੀਂਦੀ ਆ ਵਿਚਾਰੀ, ਕੁਛ ਖਾਂਦੀ ਆ ਮੇਰੀ ਧੀ ਰਾਣੀ। ਬੱਚੇ ਸੁਬਾ ਜਲਦੀ ਠੌਂਦੇ, ਇੰਨੀ ਠੰਡ ਚ ਜਾਂਦੇ ਦੇਖੋ, ਫਿਰ ਨਵਾਉਣੇ ਆਪਾਂ ਇਹਨਾਂ ਨੂੰ, ਬ੍ਰਸ਼ ਕਰਦੇ ਆ ਪੀਂਦੀ ਆ ਬਸ, ਨਾਲ ਦੀ ਨਾਲ ਗੁੰਨੂ ਭਾਜਾ ਡੀ। ਸ਼ੁਰੂ ਤੋਂ ਗੱਲ ਕਰੋ ਨਾ, ਸਟਾਰਟ ਉੱਠਣ ਸਾਰ ਤੋਂ। ਬਸ ਮੈਂ ਦੱਸ ਰਹੀ ਸੀ, ਮੈਂ ਸ਼ੁਰੂ ਤੋਂ ਵੀ ਕਰ ਦਿੰਦੀ, ਇਹ ਮੇਰੀ ਕੁੜੀ ਹੈ ਜਿਹਦੀ ਲਾਈਫ 'ਚ ਬਹੁਤ ਹੀ ਜ਼ਿਆਦਾ ਸਟਰਗਲ ਆ, ਸਾਨੂੰ ਹੁਣ ਇਹਦੇ 'ਤੇ ਆਉਣ ਲੱਗ ਗਿਆ ਤਰਸ। ਵਿਚਾਰੀ ਸੁਬਾਹ ਉੱਠ ਜਾਂਦੀ ਆ, ਸੁਬਾਹ ਉੱਠ ਕੇ ਫਿਰ ਥੋੜ੍ਹਾ ਜਿਹਾ ਚਿਰ ਪੜ੍ਹ ਲੈਂਦੀ ਆ, ਹਜੇ ਪੇਪਰ ਹੁਣ ਖਤਮ ਹੋਏ ਆ, ਹੁਣ ਸਕੂਲ ਵਾਲਿਆਂ ਨੇ ਦੁਬਾਰਾ ਰਿਵੀਜ਼ਨ ਟੈਸਟ ਸ਼ੁਰੂ ਕਰਤੇ, ਫਿਰ ਟੈਸਟਾਂ ਦੇ ਟੈਨਸ਼ਨ ਹੁੰਦੀ ਆ, ਫਿਰ ਤਾਂ ਉਹ ਪੜ੍ਹਦੀ ਆ ਥੋੜ੍ਹਾ ਜਿਹਾ, ਸੁਬਾਹ ਸੁਬਾਹ ਰਿਵਾਈਜ਼ ਕਰਦੀ ਆ, ਸਕੂਲ ਚਲੀ ਜਾਂਦੀ ਆ, ਸਕੂਲੋਂ ਆਉਂਦੀ ਆ 3:30 ਆਉਂਦੀ ਆ, ਅਤੇ ਆ ਕੇ ਬਸ ਡਰੈਸ ਚੇਂਜ ਕੀਤੀ, ਨਾਲ ਦੀ ਨਾਲ ਜਲਦੀ ਜਲਦੀ ਮੇਰਾ ਦੁੱਧ ਬਣਾ ਕੇ ਰੱਖਦਾ, ਕੁਛ ਖਾਂਦੀ ਆ, ਦੁੱਧ ਪੀਂਦੀ ਆ, ਮੈਂ ਕੁਛ ਮੈਗੀ ਖਾ ਲਈ, ਚੱਲ ਗੁਨੂੰ ਬੈਗ ਪੈਕ ਕਰ, ਭਜਾ ਟਿਊਸ਼ਨ ਦਾ ਟਾਈਮ ਹੋ ਗਿਆ, 4 ਵਜੇ ਦਿਨ ਟਿਊਸ਼ਨ ਚਲੀ ਜਾਂਦੀ ਆ, ਅਤੇ ਹੁਣ ਕਹਿੰਦਾ ਮੇਰਾ ਅਕੈਡਮੀ ਜਾਣ ਨੂੰ ਜੀ ਕਰਦਾ, ਫਿਰ ਅੱਜ ਮੈਂ ਇਹਨੂੰ ਕਿਹਾ ਹੁਣ ਤੂੰ ਜਲਦੀ ਆ ਜੀ ਥੋੜ੍ਹਾ ਟਿਊਸ਼ਨ ਤੋਂ, ਬਸ ਆਉਣ ਸਾਰ ਬੈਗ ਰੱਖਿਆ ਅਤੇ ਹੁਣ ਅਕੈਡਮੀ ਚੱਲੀ ਆ, ਫਿਰ ਅਕੈਡਮੀ ਤੋਂ ਆਊ, ਫਿਰ ਅਕੈਡਮੀ ਤੋਂ ਆਊਗੀ ਅਤੇ ਫਿਰ ਬਸ ਡਿਨਰ ਕਰੂਗੀ, ਫਿਰ ਪੜ੍ਹਨ ਬਹਿ ਜੂਗੀ। ਬਸ ਇੰਨਾ ਸਟਰਗਲ ਆ ਹੁਣ ਦੇ ਬੱਚਿਆਂ ਦੀ ਲਾਈਫ 'ਚ, ਹਜੇ ਕੀ ਭੋਰਾ ਭੋਰਾ ਕਲਾਸਾਂ, 5th ਕਲਾਸ ਦੇ ਵਿੱਚ ਆਹ ਕੁਛ ਆ, ਅਤੇ ਅੱਗੇ ਅੱਗੇ ਜਾ ਕੇ ਕੀ ਬਣਨਾ। ਫਰੂਟ ਕੱਟਦਾ ਕਿਹੜਾ ਕਿਹੜਾ ਖਾਣਾ? ਉਹ ਲਿਆ ਸੀ ਤੇਰੇ ਵਾਸਤੇ ਮੈਂ, ਬਨਾਨਾ ਤੇ ਚੀਕੂ, ਐਵੇਂ ਕਰ ਬਨਾਨਾ ਖਾ ਜਾ ਹੁਣ ਸਕਦਾ ਹੁਣ, ਖਰਾਬ ਨੀ ਕਹਿੰਦੇ ਇਹਨੂੰ, ਲੈ ਖਰਾਬ ਖਾ ਕੇ ਤਾਂ ਖਾ। ਚੱਲ ਭੱਜ ਕੇ ਜਾ, ਤੂੰ ਫੇਰ ਪਾਰਕ ਚ ਭੱਜ ਗਿਆ ਸੀਗਾ। ਚਲੋ ਜੀ ਅਕੈਡਮੀ ਪਹੁੰਚ ਗਏ ਅੱਜ ਆਪਾਂ, ਕਦੋਂ ਤੇਲ ਕੀ ਬੁਸ਼ਾਰ, ਆਇਲ ਡਾਲੋ ਤੇ ਸਬਜ਼ੀ ਬਣਾਓ, ਅੱਜ ਆਪਾਂ ਕਾਹਦੀ ਸਬਜ਼ੀ ਬਣਾ ਰਹੇ ਹਾਂ ਫਰੈਂਡਸ, ਦੱਸੋ ਕਮੈਂਟ ਕਰਕੇ।
ਅੱਜ ਆਪਾਂ ਬਣਾ ਰਹੇ ਹਾਂ ਸ਼ਲਗਮ। ਸ਼ਲਗਮ ਆਪਣੇ ਕੱਟ ਕੇ ਰੈਡੀ ਹੈ ਅਤੇ ਪਿਆਜ਼ ਵੀ। ਹੁਣ ਬਣਾਉਂਦੇ ਹਾਂ ਆਪਾਂ ਸਬਜ਼ੀ। ਲਓ ਜੀ, ਆਪਾਂ ਪਹਿਲਾਂ ਜੀਰਾ ਪਾਤਾ, ਅਜਵੈਨ ਪਾਤੀ ਅਤੇ ਸ਼ਲਗਮ ਪਾਤੇ, ਪਿਆਜ਼ ਪਾਤੇ, ਅਦਰਕ ਲਸਣ ਦਾ ਪੇਸਟ ਅਤੇ ਹਰੀ ਮਿਰਚ ਦਾ ਪੇਸਟ, ਸਾਰਾ ਕੁਛ ਆਪਾਂ ਪਾਤਾ। ਥੋੜ੍ਹਾ ਜਿਹਾ ਸੇਕ ਲਵਾ ਕੇ ਫਿਰ ਆਪਾਂ ਪਾਵਾਂਗੇ ਲੂਣ ਮਿਰਚ, ਅਤੇ ਯੰਮੀ ਯੰਮੀ ਸਬਜ਼ੀ ਬਣ ਕੇ ਆਪਣੀ ਹੋ ਜਾਂਦੀ ਹੈ ਰੈਡੀ। ਸ਼ਾਬੂ ਅੱਜ ਫਿਰ ਰੌਲਾ ਪਾਊਗਾ ਕਿ ਮੈਂ ਨਹੀਂ ਖਾਣੀ, ਕੋਈ ਸਬਜ਼ੀ ਨਹੀਂ ਖਾਂਦਾ, ਉਹਨੂੰ ਪਤਾ ਨਹੀਂ ਕੀ ਹੋ ਗਿਆ, ਛੋਟਾ ਹੁੰਦਾ ਸਾਰੀਆਂ ਖਾ ਲੈਂਦਾ ਸੀ। ਬੱਚੇ ਚਲੇ ਗਏ ਅਕੈਡਮੀ, ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਬਹੁਤ ਸਟਰਗਲ ਆ ਬੱਚਿਆਂ ਦੀ ਲਾਈਫ 'ਚ ਅੱਜ ਕੱਲ੍ਹ। ਹੁਣ ਵਿਚਾਰੇ ਅਕੈਡਮੀ ਗਏ ਆ, ਆ ਕੇ ਫਿਰ ਰੋਟੀ ਖਾ ਲਓ, ਪੁੱਤ ਪੜ੍ਹ ਲਓ। ਪਰ ਕਦੇ ਕਦੇ ਤਾਂ ਸੋਚਦੇ ਹਾਂ ਵੀ ਇੰਨਾ ਸਟਰਗਲ ਆ, ਫਿਰ ਕਦੇ ਕਦੇ ਸੋਚਦੇ ਹਾਂ ਚੱਲ ਜੇ ਮਿਹਨਤ ਕਰਨਗੇ ਤਾਂ ਇੱਕ ਦਿਨ ਸਟੈਂਡ ਹੋ ਜਾਣਗੇ ਨਾ, ਹੁਣੇ ਤੋਂ ਹੀ ਕਰਨਗੇ ਤਾਂ। ਪਰ ਆਪਣੇ ਟਾਈਮ 'ਚ ਇੰਨਾ ਬਰਡਨ ਨਹੀਂ ਹੁੰਦਾ ਸੀ ਜਿੰਨਾ ਹੁਣ ਦੇ ਜਵਾਕਾਂ 'ਤੇ ਆ। ਇੱਕ ਤਾਂ ਪੜ੍ਹਾਈਆਂ ਹੀ ਬਹੁਤ ਔਖੀਆਂ ਹੋ ਗਈਆਂ, ਉੱਤੋਂ ਫਿਰ ਨਾਲ ਨਾਲ ਐਕਟੀਵਿਟੀਆਂ ਹੋ ਜਾਂਦੀਆਂ, ਆਹ ਵੀ ਕਰਨੀਆਂ ਜ਼ਰੂਰੀ ਆ, ਹੈ ਨਾ। ਚਲੋ ਬਾਕੀ ਹੁਣ ਉਹੀ ਆ ਜੋ ਰੱਬ ਨੂੰ ਮਨਜ਼ੂਰ ਆ। ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਇਹ ਮਿਹਨਤ ਕਰਨ ਅਤੇ ਇੱਕ ਦਿਨ ਕਾਮਯਾਬ ਹੋ ਜਾਣ। ਆਪਾਂ ਤਾਂ ਇਹਨਾਂ ਦੇ ਫਾਇਦੇ ਵਾਸਤੇ ਕਰਦੇ ਹਾਂ ਸਾਰਾ ਕੁਛ ਜੋ ਵੀ ਕਰਦੇ ਹਾਂ, ਬਾਕੀ ਰੱਬ ਦੇਖੋ ਕੀ ਕਰਦਾ। ਵਾਹਿਗੁਰੂ ਨੂੰ ਅਰਦਾਸ ਕਰੋ ਕਿ ਸਾਰੇ ਬੱਚਿਆਂ ਦੇ ਮਿਹਰ ਭਰੇ ਹੱਥ ਰੱਖਣ, ਇਹਨਾਂ ਦੀ ਮਿਹਨਤ ਦਾ ਫਲ ਜ਼ਰੂਰ ਮਿਲੇ ਇਹਨਾਂ ਨੂੰ। ਗੁੰਨੂ ਨੂੰ ਤੁਸੀਂ ਸਾਰੇ ਦੇਖਦੇ ਹੀ ਹੋ ਕਿ ਬਹੁਤ ਮਿਹਨਤ ਕਰਦੀ ਆ, ਹੁਣ ਵਿਚਾਰੀ ਦਾ ਇੱਕ ਕੰਮ ਹੋਰ ਹੋ ਗਿਆ ਸਟ੍ਰੈਸ, ਮਿੰਨੀ ਵਲੌਗ ਬਣਾਉਣਾ ਉਹ ਵੀ ਗੁੰਨੂ ਦਾ ਬਰਡਨ ਹੋ ਗਿਆ। ਫਿਰ ਆਪਾਂ ਕਹਿੰਦੇ ਹਾਂ ਚੱਲ ਬੱਚਾ ਬੀਜੀ ਰਹੂਗਾ ਤਾਂ ਵਧੀਆ, ਵਿਹਲੇ ਰਹਿ ਕੇ ਵੀ ਕੀ, ਫਿਰ ਬੱਚਾ ਗਲਤ ਕੰਮਾਂ 'ਚ ਪੈਂਦਾ, ਉਹ ਕਰ ਲਿਆ ਆਹ ਕਰ ਲਿਆ, ਇਸ ਕਰਕੇ ਬੀਜੀ ਲਾਈਫ ਜ਼ਰੂਰੀ ਆ। ਟਾਈਮ ਵੀ ਨਿਕਲੂਗਾ, ਚੱਲ ਜਿੱਦਾਂ ਕਿਤੇ ਛੁੱਟੀ ਹੁੰਦੀ ਆ ਤਾਂ ਇੰਜੋਏ ਵੀ ਕਰ ਲੈਂਦੇ ਆ, ਪਰ ਜਦੋਂ ਛੁੱਟੀ ਨਹੀਂ ਹੁੰਦੀ ਫਿਰ ਡੇਲੀ ਦਾ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਗਾ। ਬਾਹਰ ਹੋ ਗਿਆ ਹਨੇਰਾ, 6 ਵਜੇ ਹਨੇਰਾ ਹੋਣ ਲੱਗ ਗਿਆ, 6 ਵਜੇ ਹਜੇ। ਸਬਜ਼ੀ ਆਪਣੀ ਬਣੀ ਜਾਂਦੀ ਆ, ਜਦੋਂ ਆਉਣਗੇ ਫਿਰ ਆਪਾਂ ਫੁਲਕੇ ਬਣਾ ਲਾਂਗੇ, ਗਰਮ ਗਰਮ ਖਾ ਲੈਂਦੇ ਹੁੰਦੇ ਆ ਫਿਰ ਨਾਲ ਨਾਲ ਹੀ। ਸਾਹਿਬ ਨੂੰ ਫਿਰ ਅੱਜ ਦੇਖਦੇ ਹਾਂ, ਜਾਂ ਤਾਂ ਫਿਰ ਪਰੌਂਠੀ ਜਾਂ ਫਿਰ ਅੱਜ ਚੂਰੀ ਬਣਾ ਦਾਂਗੇ, ਉਹ ਖਾ ਲੂਗਾ। ਹੁਣ ਤਾਂ ਸਾਨੂੰ ਵੀ ਕਦੇ ਕਦੇ ਗੁਰੂ 'ਤੇ ਤਰਸ ਜਾਣ ਲੱਗ ਜਾਂਦਾ ਵੀ ਵਿਚਾਰੀ ਦਾ ਸਾਰਾ ਦਿਨ ਆ ਹੀ ਨਿਕਲ ਜਾਂਦਾ, ਪੜ੍ਹ ਲਓ ਕਰ ਲਓ, ਟਿਊਸ਼ਨ ਸਕੂਲ ਜਾ ਵੜੋ, ਟਿਊਸ਼ਨ ਜਾ ਵੜੋ, ਅਕੈਡਮੀ ਜਾ ਵੜੋ। ਕਦੇ ਕਦੇ ਤਾਂ ਵਿਚਾਰੀ ਟੀ ਵੀ ਜਮ੍ਹਾਂ ਵੀ ਨਹੀਂ ਆਨ ਕਰਕੇ ਵੀ ਨਹੀਂ ਦੇਖਦੀ, ਉਹਨੂੰ ਐਂ ਹੁੰਦਾ ਕਿ ਸਾਹਿਬ ਤਾਂ ਦੇਖ ਲੈਂਦਾ ਗਾ ਮੈਂ ਰਹਿ ਜਾਂਦੀ ਹਾਂ। ਅਸੀਂ ਕਹਿੰਦੇ ਚੱਲ ਪੁੱਤ ਤੇਰਾ ਟਾਈਮ ਹੀ ਇੰਨਾ, ਤੇਰਾ ਸਿਲੇਬਸ ਜ਼ਿਆਦਾ ਗਾ, ਜਦੋਂ ਸਾਹਿਬ ਨਾ ਤੇਰੀ ਕਲਾਸ 'ਚ ਹੋ ਜੂਗਾ ਫਿਰ ਸਾਹਿਬ ਦਾ ਵੀ ਨਹੀਂ ਟਾਈਮ ਲੱਗਿਆ ਕਰਨਾ ਦੇਖਣ ਦਾ। ਫਿਰ ਵਿਚਾਰੀ ਸਮਝ ਜਾਂਦੀ ਆ ਤਾਂ ਸਿਆਣੀ ਆ ਸਾਡੀ ਧੀ ਰਾਣੀ, ਬਹੁਤ ਸਿਆਣੀ ਆ। ਲਓ ਜੀ, ਗੁਰੂ ਕਹਿੰਦੀ ਮੈਂ ਗੁਰਦੁਆਰੇ ਮੱਥਾ ਟੇਕ ਕੇ ਆਉਣਾ, ਪਾਪਾ 2 ਮਿੰਟ ਰੁਕੋ ਫਿਰ ਘਰ ਚੱਲਾਂਗੇ। ਚਲੋ ਜੇ ਬੱਚੇ ਆਪ ਕਹਿੰਦੇ ਆ ਤਾਂ ਚੰਗੀ ਗੱਲ ਹੈ, ਗੁਰਦੁਆਰੇ ਕੋਲੋਂ ਲੰਘਦੇ ਆ ਤਾਂ ਬੱਚਿਆਂ ਨੇ ਆਪ ਹੀ ਕਿਹਾ ਕਿ ਰੁਕ ਕੇ ਜਾਣਾ। ਲਓ ਜੀ, ਘਰ ਪਹੁੰਚ ਗਏ ਸੀਗੇ, ਮੈਂ ਚੱਲਿਆ ਸੀ ਦੁਕਾਨ 'ਤੇ, ਇਹਨੇ ਪਿੱਛੇ ਦੇਖ ਲਿਆ, ਮੇਰੇ ਪਿੱਛੇ ਭੱਜਿਆ ਆਉਂਦਾ। ਹੁਣ ਅਕੈਡਮੀ ਤੋਂ ਆਏ ਆ, ਪਾਰਕ 'ਚ ਆ ਗਏ ਦੋਵੇਂ, ਮੇਰੇ ਪਿੱਛੇ ਆ ਗਿਆ, ਸਾਹ ਚੜ੍ਹ ਗਿਆ, ਸਾਹ ਚੜ੍ਹ ਗਿਆ ਮੁੰਡੇ ਨੂੰ, ਸਾਹ ਚੜ੍ਹ ਗਿਆ। ਹੱਥ ਫੜ ਲਾ, ਟ੍ਰੈਫਿਕ ਬਹੁਤ ਆ, ਮੈਨੂੰ ਦੇਖ ਕੇ ਕਿਉਂ ਭੱਜਿਆ ਆ, ਆਹ ਗੱਡੀ ਆਈ ਹੈ ਨਵੀਂ ਕੀ ਆ ਦੀ, ਬਹੁਤ ਸੋਹਣੀ ਗੱਡੀ ਹੈ, ਆਹ ਗੱਡੀ ਕੀ ਆ ਦੀ
ਘੈਂਟ ਗੱਡੀ ਆ, 7 ਸੀਟਰ ਨਵੀਂ ਆਈ ਆ। ਚਲੋ 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 ਜਲਦੀ 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 ਬਾਈ ਕਰ ਦਿਓ, ਮੇਰਾ ਬਹੁਤ ਹੋ ਗਿਆ, ਬਾਏ ਬਾਏ ਕਰ ਦਿਓ। ਕਮਲੀ ਹੋ ਗਈ ਸਰ, ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮਿਲਾਂਗੇ ਤੁਹਾਨੂੰ ਕੱਲ੍ਹ ਇੱਕ ਨਵੇਂ ਵਲੌਗ 'ਚ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ, ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ, ਅਤੇ ਕਮੈਂਟ ਕਰੋ ਵੱਧ ਤੋਂ ਵੱਧ ਭਰ ਕੇ। ਪਤਾ ਨਹੀਂ ਕਿ ਯੂਟਿਊਬ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ, ਗੜਬੜੀ ਹੋ ਰਹੀ ਹੈ, ਸਮਝ ਨਹੀਂ ਆ ਰਹੀ। ਸ਼ੇਅਰ ਕਰੋ, ਲਾਈਕ ਕਰੋ, ਚੈਨਲ ਨੂੰ ਕਰੋ ਸਬਸਕ੍ਰਾਈਬ, ਵੱਧ ਤੋਂ ਵੱਧ ਕਰੋ ਕਮੈਂਟ, ਅਤੇ ਆਪਦਾ ਪਿਆਰ ਅਤੇ ਸਾਥ ਬਣਾਈ ਰੱਖੋ। ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੇਂ ਵਲੌਗ 'ਚ। ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਠੰਡ ਤੋਂ ਬਚੇ ਰਹੋ। ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ। Drop.